ਮੇਰਾ ਨਾਮ ਜੋਗਿੰਦਰ ਪਾਲ ਆ, ਲੰਗੀਰ ਵਾਸੀ ਰਹਿਣ ਵਾਲਾ, ਔਰ ਮੇਰੀ ਬੱਚੀ ਪ੍ਰਾਈਮਰੀ ਸਕੂਲ ਲੰਗੀਰ ਵਿੱਚ ਪੜ੍ਹਦੀ ਆ, ਅਤੇ ਇਹਨਾਂ ਨੂੰ ਮਾਸਟਰਾਂ ਨੇ ਕੁੱਟਿਆ ਜ਼ਿਆਦਾ ਆ, ਅਤੇ ਅਸੀਂ ਅੱਗੇ ਵੀ ਕੰਪਲੇਂਟ ਕੀਤੀ 2-3 ਵਾਰੀ ਸਰਪੰਚ ਦੇ ਕੋਲਾਂ, ਅਤੇ ਅਸੀਂ ਹੁਣ ਵੀ ਸਰਪੰਚ ਨੂੰ ਦੱਸ ਕੇ ਅਸੀਂ ਆ ਸੀਗੇ ਵੀ ਇਹਨਾਂ ਨੂੰ ਕੁੱਟਦੇ ਮਾਰਦੇ ਜ਼ਿਆਦਾ ਆ। ਅੱਗੇ ਕੁੱਟਿਆ ਸੀ ਤਾਈ ਤੋਂ, ਅਤੇ ਮੈਡਮ ਵੀ ਵਿੱਚ ਸੀਗੀ, ਉਹ ਵੀ ਬਹੁਤ ਵੱਧ ਘੱਟ ਸਾਨੂੰ ਬੋਲੀ ਸੀਗੀ, ਅਤੇ ਸਰ ਵੀ ਬੋਲੇ ਸੀ 2 ਜਣੇ ਵੱਧ ਘੱਟ ਬੋਲੇ ਸਾਨੂੰ, ਅਤੇ ਕੱਲ੍ਹ ਇਹ ਨਹੀਂ ਜ਼ਿਆਦਾ ਇਹਨੇ ਸਾਨੂੰ ਬੱਚੀ ਨੂੰ ਕੁੱਟਿਆ ਆ, ਇਸ ਕਰਕੇ ਅਸੀਂ ਇਹਨੂੰ ਇੱਥੇ ਹਸਪਤਾਲ ਲੈ ਕੇ ਆਏ ਹਾਂ। ਹਸਪਤਾਲ ਕਦੋਂ ਕੁ ਦਾਖਲ ਹੋਏ ਤੁਸੀਂ? ਕੱਲ੍ਹ 6 ਵਜੇ ਅਸੀਂ ਲੈ ਕੇ ਆਏ ਹਾਂ। ਹਾਂਜੀ, ਕਿੰਨਾ ਕੁ ਕੁੱਟਿਆ ਲੜਕੀ ਨੂੰ? ਕੁੱਟਿਆ ਬਹੁਤ ਹੈ ਜੀ, ਲਾਸ਼ਾਂ ਪਾਈਆਂ ਪਈਆਂ, ਕਾਲੀ ਕੀਤੀ ਵੀ ਕੁੱਟ ਕੱਟ ਗਈ ਉਹਨੇ। ਹਾਂਜੀ, ਕਿਹਨੇ ਕੁੱਟਿਆ? ਦਰਵਾਗ ਨੇ, ਦਰਵਾਗ ਰਾਮ ਨੇ, ਸਰਾਰ ਕਰਜ਼ਿਆਂ ਦਾ ਆਇਆ। ਅੱਛਾ, ਹਾਂਜੀ, ਪਹਿਲਾਂ ਕਿਸ ਗੱਲ ਤੋਂ ਕੁੱਟਿਆ ਸੀ? ਪਹਿਲਾਂ ਕੁੱਟਿਆ ਸੀ, ਟਾਈ ਨਹੀਂ ਲਾਈ ਇੱਕ ਇਹਨੇ, ਤਾਂ ਦਰਵਾਗ ਨੇ ਤਾਂ ਮੈਡਮ ਮੈਂ ਕੋਈ ਪਰਮਜੀਤ ਮੈਡਮ ਆ, ਇਹਨੇ ਦੋਵੇਂ ਕੁੱਟਿਆ, ਅਤੇ ਉਦੋਂ ਵੀ ਬਤਵੇ 'ਚ ਗੱਲ ਕੀਤੀ ਆ, ਅਤੇ ਕੱਲ੍ਹ ਰਾਤੀ ਫਿਰ ਆਇਆ, ਅਤੇ ਇੱਕ ਇਹਦਾ ਘਰ ਵਾਲਾ ਸੀਗਾ ਮੈਡਮ ਦੇ, ਅਤੇ ਇਹ 2 ਰਾਤੀ ਸਾਨੂੰ ਫਿਰ ਵੱਧ ਘੱਟ ਬੋਲ ਕੇ ਗਏ ਆ, ਅਤੇ ਕਹਿੰਦੇ ਵੀ ਸਾਡੇ ਕੋਲ ਅਫਸਰ ਹੈਗੇ, ਅਸੀਂ ਆਪੇ ਜੋ ਅਸੀਂ ਕਾਰਨਾ ਕਰ ਲਵਾਂਗੇ, ਸਾਨੂੰ ਕਿਹਾ ਡਰ ਨਹੀਂ ਹੈਗਾ, ਅਸੀਂ ਸਾਨੂੰ ਬਹੁਤ ਘੱਟ ਬੋਲ ਕੇ ਗਏ ਆ। ਕੌਣ ਕੌਣ ਮੈਡਮ ਸੀਗੀ? ਪਰਮਜੀਤ ਮੈਡਮ ਸੀ, ਅਤੇ ਉਹਦਾ ਘਰ ਵਾਲਾ ਸੀਗਾ, ਅਤੇ ਸਾਨੂੰ ਜਿਹਨੇ ਕੁੱਟਿਆ ਉਹ ਵੀ ਆਇਆ ਸੀ? ਉਹ ਨਹੀਂ ਆ, ਸਾਡੇ ਕੋਲ ਅਖਬਾਰ ਨਹੀਂ ਕਰਦਾ ਜੀ ਉਹ ਸਾਨੂੰ। ਪਰਮਜੀਤ ਕੌਣ ਹੈ? ਪਰਮਜੀਤ ਕੋਈ ਮੈਡਮ ਇੱਥੇ ਬੰਗੇ ਤੋਂ ਪੜ੍ਹਾ ਰਹੀ ਹੈ ਸਾਡੇ ਪਿੰਡ, ਉੱਥੇ ਲਗੇ ਟੀਚਰ ਹੈ ਮੈਡਮ। ਉਹ ਉੱਥੇ ਤਾਂ ਨਹੀਂ ਪੜ੍ਹਾਉਂਦੀ? ਉੱਥੇ ਪੜ੍ਹਾਉਂਦੀ ਆ। ਹਾਂਜੀ, ਉਹ ਵੀ ਜਿਹੜਾ ਦਰਵਾਗ ਆ ਮਾਸਟਰ, ਉਹਨੂੰ ਸਸਪੈਂਡ ਕੀਤਾ ਜਾਵੇ, ਔਰ ਮੈਡਮ ਤੋਂ ਸਕੂਲੋਂ ਉੱਥੋਂ ਕੱਢੀ ਜਾਵੇ, ਔਰ ਸਾਡੇ ਨਾਲ 3 ਮਾਸਟਰ ਕੱਢਦੀ, ਸਾਨੂੰ ਟੀਚਰ ਨਵੇਂ ਚਾਹੀਦੇ ਸਕੂਲ ਦੇ ਵਿੱਚ, ਕਿਉਂਕਿ ਸਾਡਾ ਗਾਂ ਬੱਚਾ ਕੋਈ ਵੀ ਆਵੇ ਉਹਨੂੰ ਡਰ ਨਾ ਹੋਵੇ ਕਿਸੇ ਮਾਸਟਰ ਦੇ ਕੋਲ, ਅਤੇ ਜਿੱਦਾਂ ਜਿੱਦਾਂ ਫੁੱਟਦੇ ਆਏ। ਅਤੇ ਅਸੀਂ ਅੱਗੇ ਵੀ 2-3 ਵਾਰ ਕੰਪਲੇਂਟ ਕਰਵਾਈ ਸਰਪੰਚ ਦੇ ਕੋਲਾਂ, ਅਤੇ ਹੁਣ 3ਰੀ 4ਥੀ ਕੰਪਲੇਂਟ ਸੀ ਮੇਰੀ ਇਹ, ਅਤੇ ਸਰਪੰਚ ਨੇ ਵੀ ਇਹ ਗੱਲ ਕਹੀ ਆ ਵੀ ਤੁਸੀਂ ਹੁਣ ਇਹਦੀ ਕੰਪਲੇਂਟਾਂ ਬਹੁਤ ਚੁੱਕੀਆਂ, ਵੀ ਤੁਸੀਂ ਹੁਣ ਤੁਸੀਂ ਉੱਪਰ ਕੰਪਲੇਂਟ ਕਰੋ ਇਹਦੀ, ਅਤੇ ਇਹਨੂੰ ਫਿਰ ਲਗਾਉਣਾ ਆ। ਸਰਪੰਚ ਸਾਹਿਬ ਜੀ ਕਹਿੰਦੇ ਤੁਹਾਡੇ ਨਾਲ ਹੈ, ਅਤੇ ਜਿੱਦਾਂ ਤੁਸੀਂ ਕਹੋਗੇ ਸਿੱਧਾ ਕਰਨ ਨੂੰ ਤਿਆਰ ਹੈ। ਇਹਦੇ ਲਈ ਮੈਂ ਬਸ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਸ ਬੱਚੀ ਨੂੰ ਜਿੱਦਾਂ ਨਾ ਮੈਂ ਜਦੋਂ ਸੈਚਲੇ ਕੰਮ ਦਿੱਤਾ, ਉੱਧਰ ਮੈਂ ਮੰਡੀਆਂ ਦੀ ਕਾਪੀ ਮੈਂ ਚੈੱਕ ਕੀਤੀ, ਅਤੇ ਮੈਂ ਉਹਨੂੰ ਇਹੀ ਕਿਹਾ ਕਿ ਉਹ ਤਾਂ ਵੀ ਹੁਣ ਥੋੜ੍ਹਾ ਅੱਜ ਵੀ ਕੰਮ ਨਹੀਂ ਪੂਰਾ ਹੈਗਾ, ਵੀ ਚਲੋ ਤੁਹਾਨੂੰ ਇੱਕ ਦਿਨ ਹੋਰ ਦੇ ਦਿੰਦੀ, ਤੁਸੀਂ ਮਿਲ ਕੇ ਆਪਣਾ ਟਿਊਸ਼ਨ ਤੱਕ ਆਪਣਾ ਕੰਮ ਪੂਰਾ ਕਰ ਲਓ। ਠੀਕ ਹੈ, ਹਾਲਾਂਕਿ ਇਹਦੇ ਬਾਰੇ ਜਦੋਂ ਵੀ ਬੱਚੇ ਦਾ ਕੰਮ ਨਹੀਂ ਪੂਰਾ ਹੁੰਦਾ ਸੀਗਾ, ਮੈਂ ਉਸ ਬੱਚੇ ਦੀ ਮੰਮੀ ਨੂੰ, ਜਿਹੜੇ ਡੈਡੀ ਤਾਂ ਚਲੋ ਨਹੀਂ ਆਉਂਦੇ ਹੁੰਦੇ ਸੀਗੇ, ਪਰ ਮੰਮੀ ਨੂੰ ਮੈਂ ਹਮੇਸ਼ਾ ਹੀ ਦੱਸਿਆ ਹੁੰਦਾ ਸੀਗਾ ਕਿ ਭਾਬੀ ਜੀ ਤੁਸੀਂ ਮਤਲਬ ਕਿ ਇਸ ਨੇ ਆਹ ਕੰਮ ਨਹੀਂ ਕੀਤਾ, ਤੁਸੀਂ ਇਸ ਨੂੰ ਮੈਂ ਕੱਚੀ ਕਾਪੀ 'ਤੇ ਕਰਾਇਆ ਹੋਇਆ, ਬਸ ਨਹੀਂ ਕੀ ਕਰਨਾ ਆ, ਦੇਖ ਕੇ ਲਿਖਣਾ ਹੀ ਆ, ਵੀ ਤੁਸੀਂ ਉਹਨੂੰ ਦੇਖ ਕੇ ਸਾਫ਼ ਸਾਫ਼ ਰਾਈਟਿੰਗ ਦੇ ਵਿੱਚ ਕਰਾ ਦਿਓ। ਚਲੋ ਹੁਣ ਵੀ ਜੋ ਬੱਚੇ ਨੇ ਨਹੀਂ ਕੰਮ ਕੀਤਾ ਸੀਗਾ, ਚਲੋ ਗੁੱਸੇ 'ਚ ਲੱਗ ਗਈ ਹਾਂ ਮੈਂ, ਚਲੋ ਇਸ ਦੇ ਲਈ ਆਪਣੇ ਵੱਲੋਂ ਮਾਫ਼ੀ ਚਾਹੁੰਦਾ ਹਾਂ, ਵੀ ਜੋ ਵੀ ਹੋਇਆ ਹੈਗਾ ਚਲੋ ਬਹੁਤ ਦੁਖਦਾਈ ਹੋਇਆ, ਵੀ ਮੇਰਾ ਉਸ ਬੱਚੇ ਨਾਲ ਕੋਈ ਦਿਲੋਂ ਐਦਾਂ ਨਾਲ ਨਹੀਂ ਹੈਗਾ ਵੈਰ ਹੈਗਾ, ਮੇਰੇ ਲਈ ਉਹ ਬੱਚੀ ਬਹੁਤ ਪਿਆਰੀ ਆ, ਮੈਂ ਵੀ ਚਾਹੁੰਦਾ ਕਿ ਉਹ ਪੜ੍ਹੇ, ਉਹ ਲਿਖੇ, ਵਧੀਆ ਬੱਚੀ ਬਣੀ। ਅਤੇ ਬਾਕੀ ਮੈਂ ਉਹਨਾਂ ਦੇ ਮੰਮੀ ਨਾਲ ਵੀ ਗੱਲ ਕੀਤੀ ਸੀਗੀ ਕਿ ਮੈਂ ਜਦੋਂ ਵੀ ਤੁਸੀਂ ਦਰਪੁਰ ਮੈਂ ਕਰਨ ਲਈ ਤਿਆਰ ਹਾਂ, ਮੈਂ ਆਪਣੀ ਮਾਫ਼ੀ ਆਪਣੇ ਵੱਲੋਂ ਮਾਫ਼ੀ ਮੰਗਣ ਲਈ ਮੈਂ ਤਿਆਰ ਹਾਂ।